ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਵੱਧ ਰਹੀ ਹੈ ਤੇ ਤੇਜ਼ੀ ਨਾਲ ਦੁਪਹਿਰ ਦਾ ਤਾਪਮਾਨ ਗਰਮ ਹੋ ਰਿਹਾ ਹੈ, ਲੇਕਿਨ ਆਉਂਦੇ ਦਿਨਾਂ ਵਿੱਚ ਇਸ ਤਾਪਮਾਨ 'ਚ ਗਿਰਾਵਟ ਆਵੇਗੀ। ਇਸ ਸੰਬੰਧੀ ਗੱਲ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਡਾਕਟਰ ਕੇ ਗਿੱਲ ਨੇ ਕਿਹਾ ਕਿ ਤਾਪਮਾਨ ਵਧਣ ਕਾਰਨ ਮੌਸਮ ਵਿੱਚ ਤਬਦੀਲੀ ਹੋਣ ਲੱਗੀ ਹੈ ਤੇ 6 ਤੇ 7 ਫਰਵਰੀ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ। ਹਾਂਜੀ, ਜਿਸ ਤਰ੍ਹਾਂ ਕਿ ਆਪਾਂ ਦੇਖਿਆ ਕਿ 28-29 ਨੂੰ ਵੀ ਕਾਫੀ ਪੰਜਾਬ ਦੇ ਭਾਗਾਂ ਦੇ ਵਿੱਚ ਜਿਹੜੀ ਆ ਬਾਰਿਸ਼ ਰਿਕਾਰਡ ਕੀਤੀ ਗਈ ਹੈ ਅਤੇ ਕਿਤੇ ਕਿਤੇ ਗੜੇ ਵੀ ਜਿਹੜੇ ਨੇ ਉਹ ਪਏ ਹੈ। ਸੋ ਜਿਹੜਾ ਬਾਰਿਸ਼ ਦਾ ਆਪਾਂ ਗੱਲ ਕਰਦੇ ਹਾਂ ਤਾਂ ਉਹਦਾ ਕੋਈ ਵੀ ਇੰਨਾ ਨੈਗੇਟਿਵ ਇੰਪੈਕਟ ਨਹੀਂ ਦੇਖਿਆ ਗਿਆ, ਕਿਉਂਕਿ ਬਾਰਿਸ਼ ਜਿਹੜੀ ਸੀਗੀ ਉਹ ਕਣਕ ਦੀ ਫਸਲ ਲਈ ਕਾਫੀ ਲਾਹੇਵੰਦੀ ਰਹੀ ਹੈ। ਸੋ ਕਿਤੇ ਕਿਤੇ ਜਿੱਥੇ ਬਹੁਤ ਜ਼ਿਆਦਾ ਹਵਾ ਚੱਲੀ ਹਨੇਰੀ ਜ਼ਿਆਦਾ ਸੀਗੀ ਔਰ ਉੱਥੇ ਮਤਲਬ ਪਾਣੀ ਲੱਗਿਆ ਹੋਇਆ ਸੀ, ਉੱਥੇ ਥੋੜ੍ਹੀ ਜਿਹੀ ਪ੍ਰੋਬਲਮ ਆਈ ਹੈ, ਬਟ ਅਦਰਵਾਈਜ਼ ਉਹਦੀ ਕੋਈ ਇੰਨੀ ਨੈਗੇਟਿਵ ਇੰਪੈਕਟ ਨਹੀਂ ਹੈ। ਪਰ ਉਹ ਇਹਦੇ ਨਾਲ ਕੀ ਹੋਇਆ ਕਿ ਹੁਣ ਜਿਹੜਾ ਫਿਰ ਟੈਂਪਰੇਚਰਸ ਜਿਹੜੇ 2-3 ਦਿਨ ਤੋਂ ਰਾਈਜ਼ ਕਰ ਰਹੇ ਨੇ। ਸੋ ਜਿਹੜਾ ਮੈਕਸੀਮ ਟੈਂਪਰੇਚਰ ਜਾਂ ਮਿਨੀਮਮ ਟੈਂਪਰੇਚਰ ਆਪਾਂ ਗੱਲ ਕਰਦੇ ਹਾਂ ਤਾਂ ਦੋਨੋਂ ਹੀ ਹਾਇਰ ਸਾਈਡ 'ਤੇ ਚੱਲ ਰਹੇ ਹੈ। ਸੋ ਜਦੋਂ ਫਿਰ ਇਸ ਤਰ੍ਹਾਂ ਦੀ ਇੱਕਦਮ ਹਾਈ ਪੀਕ ਸ਼ੁਰੂ ਹੁੰਦੀ ਹੈ ਤਾਂ ਵੈਸਟਰਨ ਡਿਸਟਰਬੈਂਸ ਦੇ ਅਪਰੋਚ ਹੋਣ ਦੇ ਚਾਂਸਿਸ ਹੋ ਜਾਂਦੇ ਹੈ। ਸੋ ਉਹਦੇ ਮੱਦੇਨਜ਼ਰ ਹੀ ਫਿਰ ਆਪਾਂ ਦੇਖ ਰਹੇ ਹੈਗੇ ਹਾਂ ਕਿ 5-6 ਨੂੰ ਵੈਸਟਰਨ ਡਿਸਟਰਬੈਂਸ ਜਿਹੜਾ ਅਪਰੋਚ ਕਰ ਰਿਹਾ, ਜਿਹਦੇ ਕਰਕੇ ਜਿਹੜੀ ਪੰਜਾਬ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੋ ਜਿਹੜੀ ਸਾਨੂੰ ਲੇਟੈਸਟ ਇਨਫੋਰਮੇਸ਼ਨ ਹੁਣ IMD ਵੱਲੋਂ ਮਿਲੀ ਹੈ ਉਹਦੇ ਅਕੋਰਡਿੰਗਲੀ 6 ਤਰੀਕ ਨੂੰ ਤਾਂ ਕਾਫੀ ਬਾਰਿਸ਼ ਦੀ ਸੰਭਾਵਨਾ ਹੈਗੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਹਵਾ ਵੀ ਚੱਲ ਸਕਦੀ ਹੈ ਅਤੇ ਬਾਰਿਸ਼ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਂਜੀ, ਤਾਂ ਥੋੜ੍ਹਾ ਜਿਹਾ ਕੱਲ੍ਹ ਤੋਂ ਤਬਦੀਲੀ ਹੋਣੀ ਸ਼ੁਰੂ ਹੋ ਜਾਏਗੀ ਕਿ ਪਾਰਟਲੀ ਕਲਾਉਡੀ ਹੈ, ਜਿਸ ਤਰ੍ਹਾਂ ਕਿ ਟੈਂਪਰੇਚਰਸ ਕੱਲ੍ਹ ਨਾਲੋਂ ਥੋੜ੍ਹੇ ਜਿਹੇ ਅੱਜ ਘੱਟ ਲੱਗ ਰਹੇ ਹੈ। ਸੋ ਕੱਲ੍ਹ ਨੂੰ ਫਿਰ ਜਿਹੜੀ ਆਉਣ ਵਾਲੀ 4 ਤਰੀਕ ਹੈਗੇ ਆ ਟੁੱਟਵੀਂ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈਗੀ ਆ। 5 ਨੂੰ ਵੀ ਥੋੜ੍ਹਾ ਸਿਸਟਮ ਡਿਵੈਲਪ ਹੋਣਾ ਸ਼ੁਰੂ ਹੋ ਜਾਏਗਾ ਸ਼ਾਮ ਨੂੰ ਔਰ 6 ਤਰੀਕ ਨੂੰ ਬਾਰਿਸ਼ ਦੇ ਚਾਂਸਿਸ ਜਿਹੜੇ ਨੇ ਉਹ ਕਾਫੀ ਜ਼ਿਆਦਾ ਨੇ। ਫਿਰ 6 ਤੋਂ ਲੈ ਕੇ 7 ਤੱਕ ਵੀ ਮਤਲਬ ਇਹਦਾ ਪਰਸਿਸਟ ਹੋ ਸਕਦਾ ਸਿਸਟਮ, ਬਟ ਉਸ ਤੋਂ ਬਾਅਦ ਫਿਰ ਮੌਸਮ ਜਿਹੜਾ ਉਹ ਸਾਫ਼ ਰਹਿਣ ਦੀ ਸੰਭਾਵਨਾ ਹੈ। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ ਨੀਅਰ ਸ਼ਿਵ ਮੰਦਿਰ ਪਟਿਆਲਾ, ਪੰਜਾਬ।